ਪ੍ਰਾਈਮੇਸ਼ੀਆ ਟੀਵੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਹਰ ਸਿਮਰਨ ਕੌਰ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਬਨੂ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰਾਂ ਤੇ ਰੋਸੀ ਤਰ੍ਹਾਂ ਸਾਡੇ ਨਾਲ ਖਬਰਾਂ ਤੇ ਚਰਚਾ ਕਰਨ ਦੇ ਲਈ ਹੋਣਗੇ ਸੀਨੀਅਰ ਪੱਤਰਕਾਰ ਜਤਿੰਦਰ ਬਨੂ ਜੀ ਜੀ ਸਾਹਿਬ ਸਵਾਗਤ ਹੈ ਜੀ ਸਸਿਕਾ ਜੀ ਸ਼ੁਕਰੀਆ ਹਰਸਿਮਰ ਜੀ ਸਸਿਕਾ ਪੰਨੂ ਸਾਹਿਬ ਬੀਤੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਸਿਆਸਤ ਚ ਚੋਣੇ ਦੀ ਐਮਐਸਪੀ ਨੂੰ ਲੈ ਕੇ ਗਰਮਾਈ ਹੋਈ ਸੀ ਲਗਾਤਾਰ ਵਿਰੋਧੀ ਧਿਰਾਂ ਪੰਜਾਬ ਸਰਕਾਰ ਤੇ ਇਲਜ਼ਾਮ ਲਗਾਉਂਦੀਆਂ ਸਨ ਕਿ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਕਹੀ ਹੈ ਕਿ ਚੋਣੇ ਤੇ ਜਿਹੜੀ ਐਮਐਸਪੀ ਮਿਲਦੀ ਹੈ ਉਸ ਨੂੰ ਖਤਮ ਕੀਤਾ ਜਾਵੇ ਤੇ ਇਸ ਗੱਲ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਜਵਾਬ ਦਿੱਤਾ ਹੈ ਐਫੀਡੇਵਿਟ ਦੀ ਕਾਪੀ ਵੀ ਉਹਨਾਂ ਨੇ ਨੱਥੀ ਕੀਤੀ ਹੈ ਕਿਵੇਂ ਦੇਖਦੇ ਹੋ ਜੀ ਅਸਲ ਗੱਲ ਕਿਸੇ ਪਾਸੇ ਸੀ ਚੱਲਦੇ-ਚੱਲਦੇ ਕਿਸੇ ਹੋਰ ਪਾਸੇ ਆ ਗਈ ਜੀ ਗਲਤਾਂ ਇਹ ਸੀ ਕਿ ਦਿੱਲੀ ਵਿੱਚ ਪ੍ਰਦੂਸ਼ਣ ਵਧ ਗਿਆ ਪ੍ਰਦੂਸ਼ਣ ਦੇ ਨਾਲ ਇਹ ਰੌਲਾ ਵਧ ਗਿਆ ਕਿ ਝੋਨੇ ਦੀ ਪਰਾਲੀ ਪੰਜਾਬ 'ਚ ਸੜੀ ਹੈ। ਉੱਥੇ ਠੀਕ ਤਰ੍ਹਾਂ ਗੱਲ ਸਮਝੀ ਨਹੀਂ ਗਈ ਕਿ ਜੇ ਹਰਿਆਣਾ 'ਚ ਪ੍ਰਦੂਸ਼ਣ ਨਹੀਂ ਤੇ ਪੰਜਾਬ ਉਹਦੇ ਉੱਪਰ ਦੀ ਉੱਡ ਕੇ ਪਰਾਲੀ ਉੱਥੇ ਭੇਜ ਦਿੰਦਾ। ਉਸ ਸਮੱਸਿਆ ਨੂੰ ਸਮਝਣ ਦੀ ਥਾਂ ਪਤਾ ਨਹੀਂ ਕਿਉਂ ਕਈ ਵਾਰੀ ਹੁੰਦਾ ਹੈ ਇੱਕ ਜਿਹੜਾ ਇੱਕ ਲਫ਼ਜ਼ ਚੱਲ ਪੇ ਹਰ ਕੋਈ ਵਰਤੀ ਜਾਂਦਾ। ਭਾਰਤੀ ਫੌਜ ਨੇ ਜਾ ਕੇ ਪਾਕਿਸਤਾਨ ਚੱਕਰੀ ਸਰਜਿਕਲ ਸਟ੍ਰਾਈਕ ਕਰਤਾ ਹੁਣ ਜੇ ਕੋਈ ਲੀਡਰ ਕਿਸੇ ਲੀਡਰ ਦੇ ਖਿਲਾਫ ਬੋਲਦਾ ਤੇ ਉਹ ਕਹਿੰਦੇ ਇਹਨੇ ਸਰਜਿਕਲ ਸਟ੍ਰਾਈਕ ਕਰਤਾ ਜੇ ਕਹਦੇ ਵਿਜੀਲੈਂਸ ਵਾਲੇ ਨੂੰ ਫੜਦੇ ਕਹਿੰਦੇ ਸਰਜਿਕਲ ਸਟ੍ਰਾਈਕ ਕਰਤਾ ਜੀ ਉਸੇ ਤਰ੍ਹਾਂ ਯੋਗੀ ਦਤਿਆਨਾਥ ਨੇ ਠੀਕ ਕੀਤਾ ਗਲਤ ਕੀਤਾ ਉਹ ਗੱਲ ਵੱਖਰੀ ਹੈ ਬਲਡੋਜਰ ਘਮਾਤੇ ਹੁਣ ਮੱਧ ਪ੍ਰਦੇਸ਼ ਵਾਲੇ ਕਹਿੰਦੇ ਜਦੋਂ ਅਸੀਂ ਬਲਡੋਜਰ ਘਮਾਇਆ ਬਿਹਾਰ ਵਾਲੇ ਕਹਿੰਦੇ ਜੇ ਸਾਡੀ ਸਰਕਾਰ ਆ ਗਈ ਬਲਡੋਜਰ ਘਮਾਵਾਂਗੇ ਜੈਪਾਲ ਸਾਹਿਬ ਨੇ ਕੱਲ ਕਹਿਤਾ ਜਦ ਅਸੀਂ ਬਲਡੋਜ਼ਰ ਘਮਾਤਾ ਸਾਡਾ ਬਲਡੋਜ਼ਰ ਚੱਲਿਆ ਲੱਗੂ ਉਹਦਾ ਇਹ ਬਲਡੋਜ਼ਰ 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 ਸੱਜੀ ਕਾ ਸਟ੍ਰਾਈਕਰ ਨੂੰ ਅੱਜ ਕੱਲ ਬਲਡੋਜ਼ਰ ਮਸ਼ਹੂਰ ਹੋ ਗਿਆ ਜੀ ਗੱਲ ਇੱਥੇ ਚੱਲੀ ਸੀ ਇਹ ਤੋਂ ਚਲਦਿਆਂ ਚਲਦਿਆਂ ਇਹ ਨਿਕਲਾਈ ਕਿ ਪੰਜਾਬ ਦੀ ਸਰਕਾਰ ਨੇ ਉੱਥੇ ਐਫੀਡਿਟਿਵ ਦਿੱਤਾ ਕਿ ਝੋਨੇ ਦੀ ਐਮਐਸਪੀ ਬੰਦ ਕਰ ਦਿਓ ਭਗਵੰਤ ਮਾਨ ਦਾ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਆ ਗਿਆ ਜਵਾਬ 'ਚ ਅਸੀਂ ਇਹ ਗੱਲ ਨਹੀਂ ਆਖੀ ਮੈਂ ਜੋ ਕੁਝ ਪੰਜਾਬ ਸਰਕਾਰ ਦੇ ਵਕੀਲਾਂ ਨੇ ਉੱਥੇ ਆਖਿਆ ਸੁਪਰੀਮ ਕੋਰਟ 'ਚ ਉਹ ਵੀ ਪੜਿਆ ਤੇ ਜੋ ਪੰਜਾਬ ਦੇ ਮੁੱਖ ਮੰਤਰੀ ਦਾ ਟਵੀਟ ਉਹ ਵੀ ਪੜਿਆ ਤੇ ਜਿਹੜੇ ਵਿਰੋਧੀਆਂ ਦੇ ਬਿਆਨ ਉਹ ਵੀ ਪੜਿਆ ਅਸਲ ਗੱਲ ਉੱਥੇ ਜਦੋਂ ਬਹਿਸ ਚੱਲਦੀ ਪਈ ਸੀ ਤੇ ਇਹ ਮੁੱਦਾ ਆ ਗਿਆ ਕਿ ਪੰਜਾਬ ਦੇ ਲੋਕ ਬੇਲੋੜਾ ਚੋਣਾ ਬੀਜ ਰਹੇ ਪੰਜਾਬ 'ਚ ਚੌਲ ਖਾਂਦਾ ਕੌਣ ਹੈ ਜਿਹੜੇ ਇੱਥੇ ਚੌਲ ਖਾਂਦੇ ਉਹਨਾਂ ਨੂੰ ਤੇ ਇੱਥੇ ਮਜ਼ਾਕ ਨਾਲ ਚੌਲ ਖਾਣੇ ਆਖਿਆ ਜਾਂਦਾ ਜੀ ਇੱਕ ਕਦ ਜਾਂਦਾ ਗਲਤ ਕਿਹਾ ਜਾਂਦਾ ਉਹ ਗੱਲ ਵੱਖਰੀ ਆ ਪਰ ਕਹਿੰਦੇ ਤਾਂ ਲੋਕ ਹੈਗੇ ਇਸ ਝੋਨੇ 'ਚ 20-25% ਅਸੀਂ ਖਾਨੇ ਆ ਤੇ ਬਾਕੀ ਸਾਰਾ ਝੋਨਾ ਅਸੀਂ ਸਾਰੇ ਦੇਸ਼ ਦਾ ਢਿੱਡ ਭਰਨ ਵਾਸਤੇ ਉੱਥੇ ਭੇਜਦੇ ਆ ਬਗਾਨੇ ਢਿੱਡ ਭਰਨ ਵਾਸਤੇ ਆਪਣੇ ਪੰਜਾਬ ਦੇ ਡੋਕੇ ਖਿੱਚ-ਖਿੱਚ ਕੇ ਸਾਰਾ ਪਾਣੀ ਅਸੀਂ ਉੱਤੇ ਲਾਈ ਜਾਂਦੇ ਆ ਤੇ ਮੂਰਖਤਾ ਸਾਡੀ ਇੱਕ ਜਿਹੜੀ ਫਸਲ ਸਾਡੇ ਕੰਮ ਦੀ ਨਹੀਂ ਦੂਜਿਆਂ ਵਾਸਤੇ ਪੈਦਾ ਕਰਕੇ ਪਾਣੀ ਆਪਣਾ ਗਵਾਈ ਜਾਂਦੇ ਆ ਤੇ ਨਾਲੇ ਸਾਰੇ ਦੇਸ਼ ਕੋਲੋਂ ਬੁਰੇ ਬਣਦੇ ਆ ਕਈ ਵਾਰ ਇਹ ਗੱਲ ਉੱਠੀ ਆ ਕਿ ਜੇ ਇਦਾਂ ਚੱਲਦਾ ਤੇ ਤੁਸੀਂ ਅੱਗੇ ਤੋਂ ਝੋਨਾ ਬੀਜਣਾ ਬੁੱਝਣਾ ਬੰਦ ਕਰ ਦਿਓ ਕਟਾ ਦਿਓ ਕੋਈ ਬੰਦ ਨਹੀਂ ਕਰਦਾ ਕੋਈ ਘਟਾਉਂਦਾ ਨਹੀਂ ਇਹ ਗੱਲ ਕ੍ਰਾਫਟ ਡਾਈਵਰਸੀਫਿਕੇਸ਼ਨ ਦੀ ਜਾਂ ਫਸਲਾਂ ਦੀ ਵਿਭਿੰਨਤਾ ਦੀ ਜੀ ਮੁੱਖ ਮੰਤਰੀ ਬਿਆਨ ਸਿੰਘ ਦੇ ਵੇਲੇ ਸ਼ੁਰੂ ਹੋਏ ਬਾਅਦ ਚ ਤਿੰਨ ਸਰਕਾਰਾਂ ਬਾਦਲ ਸਾਹਿਬ ਦੀਆਂ ਰਹੀਆਂ 9 ਸਾਲ ਕੈਪਟਨ ਅਮਰਿੰਦਰ ਸਿੰਘ ਨੇ 6 ਮਹੀਨੇ ਜਰਨਜੀ ਸੋ ਚਨੇ ਨੇ ਰਾਜ ਕੀਤਾ 1.5 ਸਾਲ ਹੋਣ ਬੜੀ ਸਰਕਾਰ ਨੂੰ ਹੋ ਗਿਆ ਪਿਛਲੀਆਂ ਸਰਕਾਰਾਂ ਗੱਲੀ ਬਾਤੀ ਕਹਿੰਦੀਆਂ ਸੀ ਫਸਲਾਂ ਦੀ ਵਿਭਿੰਨਤਾ ਡਾਈਵਰਸਿਫਿਕੇਸ਼ਨ ਫਸਲਾਂ ਦਾ ਚੱਕਰ ਮੋੜਨਾ ਚਾਹੀਦਾ ਪਰ ਕੀਤਾ ਕਿਸੇ ਨੇ ਕੱਖ ਨਹੀਂ ਇਹ ਸਰਕਾਰ ਨੇ ਪਿਛਲੇ ਸਾਲ ਆਖਿਆ ਜਿਹੜੇ ਝੋਨਾ ਛੱਡ ਕੇ ਦਾਣਾਂ ਵੇਜਣਗੇ ਅਸੀਂ ਦਾਣਾਂ ਦਾ ਆ ਰੇਟ ਫਿਕਸ ਕਰਤਾ ਐਮਐਸਪੀ ਮਿਨੀਮਮ ਸਪੋਰਟ ਪ੍ਰਾਈਸ ਸੇ ਘੱਟੋ-ਘੱਟ ਖਰੀਦ ਕੀਮਤ ਹੋ ਜੇ ਤੁਹਾਡੀ ਫਸਲ ਮੰਡੀ ਚ ਤੋਂ ਵੱਧ ਵਿਕੇ ਪਾ ਤੇ ਤੇ ਵੇਚ ਦਿਓ ਜੀ ਜੇ ਇਹਦੇ ਘਟ ਜਾਪੇ ਤੇ ਤੁਹਾਡੀ ਸਾਰੀ ਦਾਲ ਜਿੰਨੀ ਪੈਦਾ ਹੋਈ ਪੰਜਾਬ ਸਰਕਾਰ ਖਰੀਦੂਗੀ ਤੁਸੀਂ ਚਿੰਤਾ ਨਾ ਕਰੋ ਲੋਕਾਂ ਵਿੱਚ ਸੀ ਉਹਨਾਂ रेट ਨਹੀਂ ਮਿळा ਉਹਨਾਂ ਆਖਿਆ ਪੰਜਾਬ ਸਰਕਾਰ ਨੇ ਲੈ ਪੰਜਾਬ ਸਰਕਾਰ ਨੇ ਆਖਿਆ ਅਸੀਂ ਲੈ ਕੇ ਜੇ ਰੱਖ ਨਹੀਂ ਸਕਦੇ ਤੁਹਾਨੂੰ ਅਸੀਂ ਇੱਕ ਆਪਸ਼ਨ ਦਿੰਨੇ ਮੰਡੀ ਵਿੱਚ ਜਿੰਨੇ ਭਾਅ ਦੇ ਉੱਤੇ ਵਿਕਦੀ ਹੈ ਵੇਚ ਦਿਓ ਪਰ ਉਹਦੇ ਵਾਊਚਰ ਲੈ ਲਓ ਅੱਛੀ ਜਿੰਨੀ ਘੱਟੋ-ਘੱਟ ਖਰੀਦ ਕੀਮਤ ਦੱਸੀ ਉਹ ਤੁਹਾਡੀ ਗਾਰੰਟੀ ਹੈ ਉਹ ਜੋ ਜਿੰਨੇ ਪੈਸੇ ਤੁਹਾਨੂੰ ਬਾਜ਼ਾਰ ਚੋਂ ਮਿਲਦੇ ਉਹ ਲੈ ਲਓ ਜਿਹੜੇ ਬਾਕੀ ਦੇ ਅਸੀਂ ਦੇ ਦਿੰਦੇ ਆਂ ਫੱਜ ਕਰੋ 24 ਰੁਪਿਆ ਰੇਟ ਰੱਖਤਾ ਹੋਵੇ ਕੁਆਂਟਲ ਦਾ ਬਾਜ਼ਾਰ ਵਿੱਚੋਂ 1800 ਨੂੰ ਵਿਕੇ ਸਰਕਾਰ ਨੇ ਅਖਿਆ 1800 ਨੂੰ ਵਿਕਦੀ ਆ ਨਾ ਵੇਚ ਦਿਓ ਬਾਕੀ 600 ਹੀ ਦਿਆਂਗੇ ਜੀ ਤੇ ਪਿਛਲੇ ਸਾਲ ਸਰਕਾਰ ਕਹਿੰਦੀ ਅਸੀਂ ਦੇ ਦیتے ਕਸਾਨ ਕੁਝ ਕਹਿੰਦੇ ਦੇ ਦਿੱਤੇ ਕੁਝ ਕਹਿੰਦੇ ਸਾਨੂੰ ਨਹੀਂ ਮਿਲੇ ਤੁਮੇ ਗੱਲਾਂ ਪਰ ਕੁਝ ਮਿਲੇ ਤਾਂ ਹੈ ਸ਼ੁਰੂਆਤ ਤਾਂ ਹੋਈ ਐਸ ਵਾਰੀ ਪੰਜਾਬ ਸਰਕਾਰ ਨੇ ਗੱਲ ਉੱਥੇ ਵੀ ਰੱਖੀ ਹੈ ਕਿਉਂਕਿ ਸਾਰੇ ਜਾਣਦੇ ਆ ਕਿ ਭਾਰਤ ਵਿੱਚ ਕਣਕ ਵੀ ਬਥੇਰੀ ਹੁੰਦੀ ਝੋਨਾ ਵੀ ਬਥੇਰਾ ਹੁੰਦਾ। ਜ਼ਖੀਰੇਬਾਜੀ ਨਾ ਕੀਤੀ ਜਾਵੇ ਸਟੋਰੀਏ ਲਕਾਉਣ ਨਾ ਤੇ ਗੰਡੇ ਵੀ ਇੱਥੇ ਬਥੇਰੇ ਹੁੰਦੇ ਟਮਾਟਰ ਵੀ ਹੁੰਦੇ ਸਭ ਕੋ ਜੰਦਾ। ਜੀ। ਦਾਣਾਂ ਕੱਟ ਹੁੰਦੀਆਂ ਤੇ ਹਰ ਸਾਲ ਕਰੋੜਾਂ ਨੇ ਅਰਬਾਂ ਨੇ ਖਰਬਾਂ ਰੁਪਏ ਦੀਆਂ ਦਾਣਾਂ ਸਾਨੂੰ ਵਿਦੇਸ਼ਾਂ ਤੋਂ ਮੰਗਾਉਣੀਆਂ ਪੈਂਦੀਆਂ। ਸਾਡੇ ਪੰਜਾਬ ਦੀ ਧਰਤੀ ਇਦਾਂ ਦੀ ਹੈ ਤੇ ਦਾਣਾਂ ਇੱਥੇ ਪੈਦਾ ਹੋ ਸਕਦੀਆਂ। ਇੱਥੇ ਦਾਣਾਂ ਪੈਦਾ ਕੀਤੀਆਂ ਜਾਣ ਤੇ ਵਿਦੇਸ਼ ਦੀਆਂ ਦਾਣਾਂ ਨਾਲੋਂ ਸਸਤੀਆਂ ਪੈਣਗੀਆਂ। ਪੰਜਾਬ ਸਰਕਾਰ ਹੁਣ ਵਾਲੀ ਕਹਿੰਦੀ ਆ ਕਿ ਦਾਣਾਂ ਪੈਦਾ ਕਰੋ ਉਹਦੇ ਉੱਤੇ ਘੱਟੋ-ਘੱਟ ਖਰੀਦ ਕੀਮਤ ਅਸੀਂ ਦੇਵਾਂਗੇ। ਇਹੋ ਗੱਲ ਇਹਨਾਂ ਨੇ ਸੁਪਰੀਮ ਕੋਰਟ 'ਚ ਆਖੀ। ਕਿ ਸਰਕਾਰ ਝੋਨੇ ਦੀ ਤੇ ਕਣਕ ਦੀ ਐਮਐਸਪੀ ਦੱਸਦੀ ਆ ਕਿ ਘੱਟੋ-ਘੱਟ ਖਰੀਦ ਕੀਮਤ ਇੰਨੀ ਹੋ। ਤੁਸੀਂ ਦੂਸਰੀਆਂ ਫਸਲਾਂ ਦੀ ਵੀ ਦੱਸ ਦਿਓ ਤਾਂ ਕਿ ਜੇ ਲੋਕਾਂ ਦੇ ਜੱਪੇ ਵੀ ਉਹਦੇ 'ਚ ਪੂਰੇ ਪੈਸੇ ਮਿਲ ਜਾਣੇ ਆ ਤੇ ਉਹ ਫਸਲਾਂ ਵੇਚ ਲੈਣ ਤੁਸੀਂ ਕਿਉਂ ਨਹੀਂ ਦੱਸਦੇ? ਜੀ। ਹੁਣ ਜਿਹੜੀ ਇਹ ਗੱਲ ਆਖੀ ਕਿ ਦੂਸਰੀਆਂ ਫਸਲਾਂ ਵੀ ਦੱਸ ਦਿਓ ਉਹਨੂੰ ਇਗਨੋਰ ਕਰ ਦਿੱਤਾ ਤੇ ਜਿਹੜੀ ਪਹਿਲੀ ਗੱਲ ਸੀ ਉਹਦੇ ਵਿੱਚ ਪੰਜਾਬ ਸਰਕਾਰ ਨੇ ਇਹ ਨਹੀਂ ਆਖਿਆ ਕਿ ਝੋਨੇ ਦੀ ਤੇ ਕਣਕ ਦੀ ਬੰਦ ਕਰ ਦਿਓ ਇਹ ਆਖਿਆ ਕਿ ਤੁਸੀਂ ਉਹਦੀ ਤੇ ਦਿਨੇ ਇਹਨਾਂ ਵਾਸਤੇ ਵੀ ਦੇ ਦਿਓ ਇੱਕ ਹੁੰਦਾ ਕਿ ਉਹ ਬੰਦ ਕਰਕੇ ਦੇ ਦਿਓ ਬੰਦ ਕਰਕੇ ਨਹੀਂ ਆਖਿਆ ਹੁਣ ਇਥੋਂ ਆਨੇ ਆਖਿਆ ਜੀ ਭਗਵੰਤ ਮਾਨ ਦੀ ਸਰਕਾਰ ਤਾਂ ਝੋਨੇ ਦੀ ਤੇ ਕਣਕ ਦੀ ਜਿਹੜੀ ਘੱਟੋ-ਘੱਟ ਖਰੀਦ ਕੀਮਤ ਇਹਨਾਂ ਸਾਲਾਂ ਤੋਂ 60 ਸਾਲਾਂ ਤੋਂ ਚੱਲਦੀ ਆ ਰਹੀ ਬੰਦ ਕਰਾਉਣ ਲੱਗੇ ਉਹ ਕਹਿੰਦੇ ਸਿਆਕੇ ਨਹੀਂ ਜੀ ਜੇ ਆਖਿਆ ਤੁਸੀਂ ਲਿਆ ਕੇ ਵਿਖਾ ਦਿਓ ਉੱਥੇ ਇਹਦੇ ਵਿੱਚ ਕਿੱਥੇ ਆ ਮੇਰੇ ਕੋਲ ਵੀ ਕੋਰਟ ਦਾ ਡਿਸੀਜਨ ਪਿਆ ਜਿਹੜੀ ਕਾਪੀ ਮੇਰੇ ਕੋਲ ਪਈ ਮੈਂ ਲੱਭਿਆ ਉਹਦੇ ਚ ਇਹੋ ਜੀ ਗੱਲ ਹੈ ਨਹੀਂ ਕਿ ਤੇ ਭਗਵੰਤ ਮਾਨ ਦੀ ਸਰਕਾਰ ਨੇ ਆਖਿਆ ਹੋਵੇ ਕਿ ਝੋਨੇ ਤੇ ਕਣਕ ਦੀ ਬੰਦ ਕਰਕੇ ਨਾਉਂ ਦਿਓ ਇਹ ਆਖਿਆ ਜਿੱਦਾਂ ਉਹਨਾਂ ਨੂੰ ਦਿੰਦੇ ਇਹਦੀ ਵੀ ਦੇ ਦਿਓ ਜੀ ਹੁਣ ਇਹਦੇ ਚ ਹੁਣ ਰਾਜਨੀਤੀ ਇਹੋ ਜੀ ਹੈ ਕਿ ਗੱਲ ਜਿਹੜੀ ਵੀ ਕੀਤੀ ਜਾਵੇ ਉਹਨੂੰ ਰਸਾ ਪਾ ਲੈਣਾ ਉਹ ਤੇ ਆਪੋ ਜੀ ਲੱਗੇ ਰਹਿਣਾ ਹੁਣ ਸਰਕਾਰ ਕਹਿੰਦੀ ਹੈ ਬਾਕੀ ਚੀਜ਼ਾਂ ਕਰੋ ਅਜੇ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ ਆ ਗਿਆ ਬਾਜਰੇ ਦੀ ਖੇਤੀ ਚ ਘੱਟ ਪੈਸੇ ਬਣਦੇ ਆ ਝੋਨੇ ਚ ਵੱਧ ਬਣਦੇ ਆ ਜੀ ਹੋ ਸਕਦਾ ਉਹਨਾਂ ਦੀ ਗੱਲ ਸੱਚੀ ਹੋਵੇ ਪਰ ਬਾਜਰਾ ਕੱਲਾ ਨਹੀਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਮੈਂ ਕੁਝ ਫਾਰਮ ਇਹੋ ਜਿਹੇ ਕੁਦਰਤੀ ਖੇਤੀ ਵਾਲੇ ਵੇਖੇ ਆ ਜਿੱਥੇ ਇੱਕੋ ਖੇਤ ਚ ਖੇੜੀਆਂ ਬਣਾ ਕੇ ਇੱਕ ਲਾਈਨ ਜਿਹੜੀ ਆ ਕਣਕ ਦੀ ਹੈ ਇੱਕ ਲਾਈਨ ਮਟਰਾਂ ਜਾਂ ਆਲੂਆਂ ਦੀ ਹੈ ਇੱਕ ਲਾਈਨ ਕਿਸੇ ਹੋਰ ਚੀਜ਼ ਦੀ ਹੈ ਉਹਦੇ ਵਿੱਚ ਇਹ ਗੰਨੇ ਆ ਉਹ ਕਹਿੰਦੇ ਜੀ ਇੱਕ ਇੱਕ ਲਾਈਨ ਕਰਕੇ ਅਸੀਂ ਇਸ ਤਰ੍ਹਾਂ ਕੀਤੀ ਉਹ ਸਾਰਾ ਕੁਝ ਕਰਨ ਨੂੰ ਡੈਨ ਆ ਗੁੱਡ ਗ੍ਰੋ ਫਾਰਮ ਐ ਇੱਥੇ ਫਗਵਾੜੇ ਦੇਤੇ ਗੁਰਾਇਦੇਤੇ ਮਕੰਦਪੁਰ ਦੀ ਤਕਉਣ ਦੇ ਵਿਚਾਲੇ ਵਿਰਕਾਂ ਪਿੰਡ 'ਚ ਉਹ ਖੇਤੀਬਾੜੀ ਯੂਨੀਵਰਸਿਟੀ ਦੇ ਪੜ੍ਹੇ ਨਿਮਵਤਾਰ ਸੋਰੀ ਜੀ ਉਹ ਬੜਾ ਸੁਣਾ ਕੰਮ ਕਰਦੇ ਪਏ ਉਹ ਚੋਂ ਬਹੁਤ ਘੱਟ ਮਿਹਨਤ ਨਾਲ ਬਹੁਤ ਵੱਧ ਕਮਾਈ ਕਰਦੇ ਪਿਆ ਤੇ ਹਰ ਹਫਤੇ ਉੱਥੇ ਉਹ ਖੇਤੀ ਸੱਤ ਸੰਗ ਕਰਦੇ ਆ ਜਿੱਥੇ ਪੰਜਾਬ ਭਰ ਚੋਂ ਕਿਸਾਨ ਸਿੱਖਣ ਵਾਸਤੇ ਆਉਂਦੇ ਸਾਡੀਆਂ ਕਿਸਾਨ ਜਥੇਬੰਦੀਆਂ 'ਚ ਕਦੇ ਕਿਸੇ ਨੇ ਖੇਤੀ ਸੱਤ ਸੰਗ ਨਹੀਂ ਕੀਤਾ ਧਰਨਾ ਲਾ ਸਕਦੇ ਲੋੜ ਸੰਘਰਸ਼ ਕਰਨਾ ਅਸੀਂ ਉਹਦੇ ਖਿਲਾਫ ਨਹੀਂ ਪਰ ਕਿਸਾਨਾਂ ਚ ਬਿਠਾ ਕੇ ਜਿੱਥੇ ਧਰਨਾ ਲਾਇਆ ਉੱਥੇ ਵੀ ਸਾਰਾ ਦਿਨ ਤੇ ਨਰੇ ਨਾ ਮਾਰਦੇ ਜੀ ਵਿੱਚ ਕੁਝ ਟਾਈਮ ਖਾਲੀ ਹੁੰਦਾ ਉਸ ਟਾਈਮ ਦੇ ਉੱਤੇ ਲੰਗਰ ਪਾਣੀ ਛਕਦੇ ਆ ਕਿਸਾਨਾਂ ਨੂੰ ਵੀ ਇਹ ਵੀ ਦੱਸੋ ਆ ਨਵੇਂ ਤਰੀਕੇ ਨਿਕਲੇ ਆ ਵੀ ਆਪਾਂ ਪੰਜਾਬ ਸਿਰਫ ਸਾਡੇ ਤੱਕ ਨਹੀਂ ਸਾਡੀ ਅਗਲੀ ਪੀੜ੍ਹੀ ਨੂੰ ਵੀ ਚਾਹੀਦਾ ਉਹਦੇ ਵਾਸਤੇ ਕੁਝ ਕਰਨਾ ਚਾਹੀਦਾ ਜੀ ਮੁਸ਼ਕਲ ਇਹ ਆ ਕਿ ਇੱਥੇ ਹਰ ਕੋਈ ਨੁਕਸ ਕੱਢਦਾ ਤੇ ਸਾਡੀ ਰਾਜਨੀਤੀ ਇਸ ਕਰ ਚੰਨੀ ਪੈੜੀ ਆ ਜਿਨ੍ਹਾਂ ਕੁਛ ਨਹੀਂ ਕੀਤਾ ਉਹ ਵੀ ਦੂਜਿਆਂ ਦੇ ਨੁਕਸ ਕੱਢਦੇ ਆ ਜਿਨ੍ਹਾਂ ਦੇ ਨੁਕਸ ਕੱਢਦੇ ਆ ਉਹ ਵੀ ਅੱਗੋਂ ਜਵਾਬੀ ਨੁਕਸ ਕੱਢਦੇ ਨੁਕਸ 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 ਕਰਕੇ ਪੰਜਾਬ ਦੀ ਰਾਜਨੀਤੀ ਪੰਜਾਬ ਨੂੰ ਕਿਸੇ ਪਾਸੇ ਨਹੀਂ ਲੱਗਣ ਦੇ ਰਹੀ ਘੱਟੋ ਘੱਟ ਇਸ ਮਾਮਲੇ ਵਿੱਚ ਪੰਜਾਬ ਨੂੰ ਬਚਾਉਣ ਵਾਸਤੇ ਰਾਜਨੀਤੀ ਛੱਡ ਕੇ ਸਾਰੀਆਂ ਤਰ੍ਹਾਂ ਸਪੋਰਟ ਕਰਨਾ ਚਾਹੀਦਾ ਇਹ ਬਹੁਤ ਜ਼ਰੂਰੀ ਮੁੱਦਾ ਬਣ ਗਿਆ ਜੀ ਪਰੋਂ ਸਾਹਿਬ ਇਹ ਤਾਂ ਸੀ ਪੰਜਾਬ ਦੀ ਗੱਲ ਰਾਸ਼ਟਰੀ ਪੱਧਰ ਤੇ ਜੇਕਰ ਦੇਖੀ ਤਾਂ ਮਹੂਆ ਮੋਇਤਰਾ ਹੋਰਾਂ ਦਾ ਜਿਹੜਾ ਕੇਸ ਉਹ ਸੰਸਦ ਦੀ ਐਥਿਕਸ ਕਮੇਟੀ ਦੇ ਕੋਲ ਪਹੁੰਚਦਾ ਹੈ ਤੇ VOTING ਉਹਨਾਂ ਨੇ ਕਰਵਾਈ ਹੈ ਕਿ ਮਹੂਆ ਮੋਇਤਰਾ ਨੂੰ ਰੱਖਿਆ ਜਾਣਾ ਹੈ ਜਾਂ ਨਹੀਂ 6 VOTES ਹੱਕ ਦੇ ਵਿੱਚ ਪਈਆਂ ਨੇ ਤੇ 4 VOTES ਵਿਰੋਧ ਦੇ ਵਿੱਚ ਪਈਆਂ ਨੇ ਪਰੋਂ ਸਾਹਿਬ ਹੁਣ ਅੱਗੇ ਕੀ ਕੁਝ ਹੋ ਸਕਦਾ ਹੈ ਦੇਖੋ ਜਿਹੜੀ ਪਾਰਲੀਮੈਂਟ ਦੀ ਐਥਿਕਸ ਕਮੇਟੀ ਹੈ ਇਹਦੇ ਜੋ ਮਕਮਲ ਕੰਮ ਸੀ ਕਿ ਪਾਰਲੀਮੈਂਟ ਮੈਂਬਰਾਂ ਵਾਸਤੇ ਇੱਕ ਕੋਡ ਆਫ ਕੰਡਕਟ ਬਣਾਵੇ ਇੱਕ ਵਿਹਾਰ ਦਾ ਜ਼ਾਬਤਾ ਬਣਾਵੇ ਕਿ ਤੁਸੀਂ ਕਰਨਾ ਕੀ ਨਹੀਂ ਕਰਨਾ ਜਿੰਨੇ ਕੁ ਮੇਰੀ ਜਾਣਕਾਰੀ ਉਹਨਾਂ ਨੇ ਸ਼ਾਇਦ ਅਜੇ ਤੱਕ ਨਹੀਂ ਬਣਾਇਆ ਹੋਰ ਮੁੱਦੇ ਆਮ ਤੌਰ ਤੇ ਤੇ ਅੱਖੋ ਪਰੋਖੇ ਹੋ ਜਾਂਦੇ ਆ ਪਾਰਲੀਮੈਂਟ ਦੇ ਵਿੱਚ ਭਾਜਪਾ ਦੇ ਇੱਕ ਲੀਡਰ ਨੇ ਵਿਰੋਧੀ ਧਿਰ ਦੇ ਇੱਕ ਲੀਡਰ ਦਾਨਿਸ਼ ਅਲੀ ਬਾਰੇ ਬਹੁਤ ਗੰਦੇ ਲਫ਼ਜ਼ ਵਰਤੇ ਤੇ ਸਾਰੇ ਨਿਖੇਧੀ ਕੀਤੀ ਪਰ ਉਸ ਮਾਮਲੇ 'ਚ ਉਹਦੇ ਖਿਲਾਫ ਇਥਿਕਸ ਕਮੇਟੀ ਨੇ ਕੁਝ ਨਹੀਂ ਕੀਤਾ ਇਹਨਾਂ ਨੂੰ ਕੇਸ ਵੀ ਕਿਸੇ ਨੇ ਭੇਜਿਆ ਬੱਵਾਂ ਮੋਇਤਰਾ ਦਾ ਕੇਸ ਹੈ ਕਿ ਇਹਨੇ ਪੈਸੇ ਲੈ ਕੇ ਕਿਸੇ ਤੋਂ ਸਵਾਲ ਪੁੱਛੇ ਉਹ ਕਹਿੰਦੀ ਨਹੀਂ ਦੁਜੀ ਗਾਲੋ ਇਹ ਵੀ ਕਹਿੰਦੀ ਆ ਕਿ ਤੁਹਾਡੇ ਇੱਥੇ ਲਿਖਿਆ ਕਿਥੇ ਆ ਕੇ ਪੈਸੇ ਲੈ ਕੇ ਨਾਲੋਂ ਕਹਿੰਦੀ ਕਿ ਮੇਰੀ ਆਈਡੀ ਦੁਬਈ ਦੇ ਵਿੱਚ ਲੌਗਇਨ ਕੀਤੀ ਗਈ ਆ ਪਰ ਲੌਗਇਨ ਕਰਨ ਲੱਗਿਆਂ ਜਿਹੜਾ ਉਹ ਓਟੀਪੀ ਆ ਉਹ ਤੇ ਮੇਰੇ ਕੋ ਭੋਂਤਿਆ ਇਸ ਕਰਕੇ ਮੇਰੀ ਵਰਦੀ ਨਾਲ ਕੀਤੀ ਗਈ ਪਰ ਤੁਹਾਡੇ ਪਾਰਲੀਮੈਂਟ ਮੈਂਬਰਾਂ ਚੋਂ ਚੈੱਕ ਕਰਾਓ ਅੱਧੇ ਤੋਂ ਵੱਧ ਉਹ ਨੇ ਜਿਹੜੇ ਆਪ ਨਹੀਂ ਆਪਣੇ ਆਈਡੀ ਜਿਹੜੇ ਲੌਗਇਨ ਕਰਦੇ ਉਹਨਾਂ ਨੇ ਕਿਸੇ ਨੇ ਕੋਈ ਪੀਅ ਰੱਖਿਆ ਕਿਸੇ ਨੇ ਸੋਸ਼ਲ ਮੀਡੀਆ ਬੜਾ ਸੈਲ ਰੱਖਿਆ ਉਹ ਕਰਦੇ ਆ ਤੁਹਾਡੇ ਸਾਰਿਆਂ ਦੀ ਉਹ ਚਲਾਉਣ ਦੇ ਤੇ ਮੇਰੇ ਵਾਲੀ ਚੱਲ ਗਈ ਤੇ ਫਿਰ ਕਿਉਂ ਗਿਆ ਉਹ ਕਹਿੰਦੇ ਜਿਹੜਾ ਕੇਸ ਆ ਉਹ ਪੇਸ਼ ਕਰੋ ਚਲਦਿਆਂ ਚਲਦਿਆਂ ਇੱਕ ਦਿਨ ਮੀਟਿੰਗ ਹੋਈ ਤੇ ਮੀਟਿੰਗ ਦੇ ਵਿੱਚ ਜਿਹੜਾ ਉੱਥੇ ਐਥਿਕਸ ਕਮੇਟੀ ਦਾ ਚੇਅਰਮੈਨ ਸੀ ਉਹਨੇ ਮਹਾਉ ਮੋਹਿਤਰਾ ਤੋਂ ਸੰਬੰਧਿਤ ਸਵਾਲ ਪੁੱਛਣ ਦੀ ਥਾਂ ਇਹ ਪ੍ਰਸ਼ਨ ਨੂੰ ਸ਼ੁਰੂ ਕਰਤਾ ਰਾਤ ਨੂੰ ਤੂੰ ਕੁਝ ਮਰਦਾਂ ਨੂੰ ਫੋਨ ਕਰਦੀ ਹੁੰਨੀ ਹੈ ਮਰਦਾਂ ਨਾਲ ਤੂੰ ਰਾਤ ਨੂੰ ਕਿੰਦਾਂ ਦੀਆਂ ਗੱਲਾਂ ਕਰਦੀ ਹੈ ਮਰਦਾਂ ਦੇ ਕੋਲ ਪਾਰਟੀਆਂ ਜਾਣੀਆਂ ਕਿਸੇ ਮਰਦ ਨੇ ਤੈਨੂੰ ਕੀ ਤੋਹਫਾ ਦਿੱਤਾ ਇਹ ਸਵਾਲ ਪੁੱਛਣ ਲੱਗਾ ਇਹਦੇ ਉੱਤੇ ਉ퍼 ਪੜ੍ਹ ਕੇ ਬਾਹਰ ਆ ਗਈ ਉਹਨੇ ਆਖਿਆ ਵੀ ਮੇਰੀ ਬੇਇੱਜ਼ਤੀ ਕੀਤੀ ਗਈ ਉਸ ਬੇਇੱਜ਼ਤੀ ਵਾਲੇ ਸਵਾਲ ਦੇ ਉੱਤੇ ਉਹ ਜਦੋਂ ਪੜ੍ਹ ਕੇ ਬਾਕੀ ਦੇ ਮੈਂਬਰ ਵੀ ਬਾਹਰ ਆ ਗਏ ਉਹ ਕਹਿੰਦੇ ਜੀ ਚੇਅਰਮੈਨ ਗਲਤ ਗੱਲਾਂ ਕਰਦਾ ਅਸੀਂ ਉੱਥੇ ਨਹੀਂ ਬਣਾ ਹੁਣ ਫਿਰ ਦੁਬਾਰਾ ਮੀਟਿੰਗ ਲੱਗੀ ਮੀਟਿੰਗ ਆ ਸੀ ਕੱਲ ਇੱਕ ਟੀਵੀ ਚੈਨਲ ਨੈਸ਼ਨਲ ਲੈਵਲ ਦਾ ਉਹਨੇ ਕਹਿਤਾ ਕਿ ਜਿਹੜੀ ਰਿਪੋਰਟ ਐਥਿਕਸ ਕਮੇਟੀ ਦੀ ਸਾਡੇ ਕੋਲ ਪਹੁੰਚ ਚੁੱਕੀ ਆ ਤੇ ਰਿਪੋਰਟ ਦੋਨੋਂ ਆਪਣੀ ਸਾਈਡ ਤੇ ਵਿਖਾ ਵੀ ਦਿੱਤੀ ਤੇ ਰਿਪੋਰਟ ਤੇ ਅੱਜ ਬਣਨੀ ਸੀ ਜਦ ਤੱਕ ਰਿਪੋਰਟ ਪਾਸ ਨਹੀਂ ਹੁੰਦੀ ਉਹਨਾਂ ਚਿਤ ਤੱਕ ਰਿਪੋਰਟ ਕਾਦੀ ਆ ਤੇ ਚੈਨਲ ਕੋਲ ਕਿੱਦਾਂ ਚਲੀ ਜੀ ਮਊਆ ਮੋਇਤਰਾ ਨੇ ਇਹ ਚਿੱਠੀ ਲਿਖਤੀ ਆ ਪਾਰਲੀਮੈਂਟ ਦੇ ਸਪੀਕਰ ਨੂੰ ਕਿ ਤੇ ਸਾਰਾ ਕੁਝ ਇਸ ਸਟੇਜ ਮੈਨੇਜ ਕਰ ਪਹਿਲਾਂ ਸਾਰਾ ਕੁਝ ਤੈਅ ਕੀਤਾ ਜਿਹੜੀ ਰਿਪੋਰਟ ਉੱਥੇ ਪਾਸ ਹੋਣੀ ਹੈ ਉਹ ਰਿਪੋਰਟ ਇੱਕ ਦਿਨ ਪਹਿਲਾਂ ਹੀ ਪਾਸ ਹੋ ਕੇ ਸਾਰਨ ਤੱਕ ਪਹੁੰਚਾ ਦਿੱਤੀ ਗਈ ਤੇ ਉਹਨਾਂ ਚ ਇੱਕ ਜਣਾਂ ਨੇ ਇੱਕ ਟੀਵੀ ਚੈਨਲ ਨੂੰ ਹੀ ਦੇ ਦਿੱਤੀ ਤੇ ਫਿਰ ਇੱਥੇ ਇਸ ਕਮੇਟੀ ਦੀ ਮੀਟਿੰਗ ਦੀ ਲੋੜ ਕੀ ਸੀ ਸਾਰਾ ਕੁਝ ਤੋਂ ਤੈਅ ਕੀਤਾ ਉਨੇ ਕੱਲ ਨੂੰ ਇਥਿਕਸ ਕਮੇਟੀ ਦੀ ਮੀਟਿੰਗ ਉਹਨਾਂ ਕਹਿੰਦਾ ਵੀ ਮੀਟਿੰਗ ਕਰਕੇ ਪਾਸ ਕਰਤਾ ਕਿ ਉਹਨੂੰ ਪਾਰਲੀਮੈਂਟ ਦੀ ਮੈਂਬਰੀ ਤੋਂ ਕੱਢਤਾ ਜਾਵੇ ਸਪੀਕਰ ਸਾਹਿਬ ਕੱਢ ਦੇਣਗੇ ਜਦੋਂ ਇਹਨਾਂ ਕੱਢਿਆ ਉਹ ਜਾਊਗੀ ਸੁਪਰੀਮ ਕੋਰਟ 'ਚ ਉੱਥੇ ਜਾ ਕੇ ਆਖੂਗੀ ਜੀ ਮੇਰੇ ਕੱਢਣ ਦਾ ਫੈਸਲਾ ਬਾਅਦ 'ਚ ਹੋਇਆ ਰਿਪੋਰਟ ਜਿਹੜੀ ਇਥਿਕਸ ਕਮੇਟੀ ਦੇ ਬਾਅਦ ਪਾਸ ਕੀਤੀ ਪਰ ਇੱਕ ਦਿਨ ਪਹਿਲਾਂ ਇੱਕ ਟੀਵੀ ਚੈਨਲ ਕੋਲ ਆ ਗਈ ਉਹਨਾਂ ਕੋਲ ਕਿੱਦਾਂ ਆ ਗਈ ਜੀ ਇਹਦਾ ਮਤਲਬ ਕਿ ਸਾਰਾ ਕੁਝ ਤੈਅ ਸੀ ਐਸੇ ਗੱਲ ਦੇ ਉੱਤੇ ਉਹਦੀ ਜਾ ਕੇ ਮੈਂਬਰੀ ਫੇਰ ਬਾਹਰ ਹੋ ਜਾਣੀ ਉਹਦਾ ਕੱਖ ਨਹੀਂ ਵਿਗੜਨਾ ਜਿਹੜਾ ਕੇਸ ਉਹਦੇ ਖਿਲਾਫ ਬਣਦਾ ਸੀ ਉਹ ਖਤਰ ਉਹ ਟੰਗੜਾ ਹੈਂਡਲ ਕੀਤਾ ਜੇ ਨਾ ਟੰਗੜਾ ਉੱਤੇ ਕੋਈ ਗੱਲ ਹੁੰਦੀ ਤੇ ਬਹੁਵਾ ਮੋਤਰਾ ਦੇ ਖਿਲਾਫ ਕਾਰਵਾਈ ਹੋ ਸਕਦੀ ਸੀ ਔਰ ਮੈਨੂੰ ਵੀ ਲੱਗਦਾ ਕਿ ਉਹ ਇਸ ਮਾਮਲੇ 'ਚ ਗਲਤ ਹੋ ਸਕਦੀ ਹੈ ਪਰ ਜਿਹੜਾ ਟੰਗੜਾ ਕੀਤਾ ਗਿਆ ਜਿਹੜਾ ਟੰਗ ਇਹਨਾਂ ਨੇ ਵਰਤਿਆ ਉਹ ਟੰਗ ਠੀਕ ਨਹੀਂ ਉਸ ਟੰਗ ਵਿੱਚ ਅਸ਼ਲੀਲਤਾ ਦਾ ਦੋਸ਼ ਵੀ ਲੱਗਾ ਜੀ ਉਸ ਟੰਗ ਦੇ ਵਿੱਚ ਵੀ ਦੋਸ਼ ਲੱਗਾ ਤੁਸੀਂ ਪਹਿਲਾਂ ਲੀਕਜ ਕਰ ਦਿੱਤੀ ਪ੍ਰੈਸ ਨੂੰ ਉਹ ਸਾਰੀਆਂ ਗੱਲਾਂ ਦਾ ਸਿੱਟਾ ਇਹ ਨਿਕਲਣਾ ਕਿ ਜੇ ਉਹਦੀ ਪਾਰਲੀਮੈਂਟ ਮੈਂਬਰੀ ਖਾਰਜ ਕੀਤੀ ਵੀ ਗਈ ਤੇ ਉਹ ਅਦਾਲਤ ਤੋ ਜਾ ਕੇ ਦੁਬਾਰਾ ਬਹਾਲ ਕਰਾ ਕੇ ਇਹਨਾਂ ਦੇ ਵਿੱਚ ਆ ਕੇ ਬਹਿ ਸਕਦੀ ਹੈ ਜੀ ਉਨਕੋ ਟਿਕਿਆ ਬੰਨੂ ਸਾਹਿਬ ਹੁਣ ਤੁਹਾਨੂੰ ਸਿੱਧਾ ਰਾਸ਼ਟਰੀ ਰਾਜਧਾਨੀ ਦਿੱਲੀ ਲੈ ਕੇ ਚੱਲਣਾ ਬੰਨੂ ਸਾਹਿਬ ਦਿੱਲੀ ਦੇ ਵਿੱਚ ਪ੍ਰਦੂਸ਼ਣ ਵੀ ਤੇ ਕਈ ਦਿਨਾਂ ਤੋਂ ਬਹੁਤ ਜ਼ਿਆਦਾ ਵਧ ਰਿਹਾ ਹੈ ਕਈ ਥਾਵਾਂ ਤੇ 에ਅਰ ਕੁਆਲਿਟੀ ਇੰਡੈਕਸ 800 ਤੋਂ ਪਰ ਵੀ ਦਰਜ ਕੀਤਾ ਗਿਆ ਉਧਰ ਕੇਂਦਰ ਸਰਕਾਰ ਨੇ ਜਿਹੜਾ ਦਿੱਲੀ ਦੇ ਵਿੱਚ ਆਡੀਵਨ ਫਾਰਮੂਲਾ ਲਾਗੂ ਕੀਤਾ ਜਾਣਾ ਸੀ ਉਸ ਨੂੰ ਵੀ ਖਾਰਜ ਕਰ ਦਿੱਤਾ ਹੈ ਕਿਵੇਂ ਦੇਖਦੇ ਹਾਂ ਜੀ ਪੂਰੇ ਮਾਮਲੇ ਅਜੇ ਤੱਕ ਤਾਂ ਦਿੱਲੀ ਸਰਕਾਰ ਦਾ ਹੀ ਪਤਾ ਨਹੀਂ ਲੱਗਦਾ ਕਿ ਕੰਮ ਚਲਾਉਂਦਾ ਮੁੱਖ ਮੰਤਰੀ ਆਪਣੇ ਕੰਮਾਂ ਚ ਬਾਹਰ ਭੇਜੇ ਇੱਥੇ ਹੋਵੇ ਵੀ ਤੇ ਜਦੋਂ ਪਾਰਲੀਮੈਂਟ ਦੇ ਪਾਸ ਕਰਤਾ ਕਿ ਮੁੱਖ ਮੰਤਰੀ ਦਾ ਮਤਲਬ ਸਰਕਾਰ ਨਹੀਂ ਸਰਕਾਰ ਦਾ ਮਤਲਬ ਲੈਫਟ ਹੈਂਡ ਗਵਰਨਰ ਆ ਮੁੱਖ ਮੰਤਰੀ ਨਹੀਂ ਤੇ ਉਹ ਆ ਕੇ ਕਰੇ ਵੀ ਕੀ ਜੀ ਇੱਥੇ ਜਿਹੜਾ ਵਾਤਾਵਰਣ ਬਾਰੇ ਮੰਤਰੀ ਹੈ ਉਹਨੇ ਮੀਟਿੰਗ ਸੱਦੀ ਮੰਤਰੀਆਂ ਦੇਖ ਕੇ ਆਪਾਂ ਫੈਸਲਾ ਕਰਨਾ ਕੱਲ ਉਹਨੇ ਬਿਆਨ ਦਿੱਤਾ ਸੀ ਕਿ ਅਸੀਂ ਆਡੀਬਨ ਦਾ ਫਾਰਮੂਲਾ ਕਰਾਂਗੇ ਆਡੀਬਨ ਹੁੰਦਾ ਇੱਕ ਇੱਕ ਦਿਨ ਛੱਡ ਕੇ ਯਾਨੀ ਜਿੰਨੇ ਨੰਬਰ ਆ ਪਲੇਟਾਂ ਦੇ ਅਖੀਰਲਾ ਨੰਬਰ ਲੈਣਾ ਜਿਹੜੇ 1 3 5 7 9 ਨੰਬਰ ਵਾਲੇ ਜਿੰਨਾ ਖੇਤਾ ਨੰਬਰ ਉਹ ਸੋਮਵਾਰ ਆਜੋ ਜਿਹੜੇ 2 4 6 8 ਤੇ 0 ਵਾਲੇ ਉਹ ਮੰਗਲਵਾਰ ਅਗਲੇ ਦਿਨ ਆਜੋ ਇੱਕ ਸੋਮਵਾਰ ਆਜੋ ਇੱਕ ਮੰਗਲਵਾਰ ਜਿਹੜੇ ਆਡ ਵਾਲੇ ਆ ਸੋਮ ਬੁੱਧ ਸ਼ੁੱਕਰ ਆਜੋ ਦੂਸਰੇ ਮੰਗਲ ਵੀਰ ਤੇ ਸਨਿਚਰ ਆਜੋ ਐ ਤਰ ਸਾਰੇ ਆਜੋ ਕਿਉਂਕਿ ਐ ਤਰ ਰੈਸ ਘਟ ਹੁੰਦਾ ਉਹਨਾਂ ਕੋ ਫਾਰਮੂਲਾ ਦਿੱਤਾ ਸੀ ਉਹਦੇ ਬਰਾਬਰ ਦੇ ਉੱਤੇ ਚੀਫ ਸੈਕਟਰੀ ਨੇ ਆਪਣੀ ਮੀਟਿੰਗ ਲਾਤੀ ਉਹਨੇ ਆਖਿਆ ਜੀ ਆਡੀਓ ਦਾ ਫਾਰਮੂਲਾ ਨਹੀਂ ਕਰਨਾ ਅਸੀਂ ਤਾਂ ਨਕਲੀ ਮੀਂਹ ਪਾਵਾਂਗੇ ਤੇ ਉਹਦੇ ਨਾਲ ਪ੍ਰਦੂਸ਼ਣ ਬਿਠਾ ਦੇਵਾਂਗੇ। ਹੁਣ ਇਹਨਾਂ ਦੋਵਾਂ ਦੇ ਨੁਕਸਾਨ ਤੇ ਗੁਣ ਗਿਣੌਣ ਵਾਸਤੇ ਟੀਵੀ ਚੈਨਲਾਂ ਦੇ ਬੈਸ ਚੱਲ ਪਈ ਹੈ। ਕੋਈ ਕਹਿੰਦਾ ਜੀ ਆਰਡਵਿੰਡਾ ਫਾਰਮੂਲਾ ਫਾਲਤੂ ਇਹਦੇ ਨਾਲ ਤਾਂ ਗਰੀਬ ਹੋਣਗੇ। ਕੋਈ ਕਹਿੰਦਾ ਮੀਂਹ ਪਵਾ ਕੇ ਕਿਹਾਂ ਦੇਸ਼ਾਂ ਦੇ ਵਿੱਚ ਵਖੇ ਵਖੇਖਿਆ ਤੇ ਨੁਕਸਾਨ ਹੋਇਆ। ਤੁਸੀਂ ਕੁਝ ਕਰੋ ਤਾਂ ਸਹੀ ਕਿ ਤੁਸੀਂ ਇੱਕ ਦੂਸਰੇ ਨਾਲ ਸਿੰਘ ਫਸਾ ਕੇ ਖੜੇ ਰਹਿਣਾ। ਕੰਮ ਨਹੀਂ ਕਿਤੇ ਜਾ ਰਹੇ ਸਿੰਘ ਫਸਾ ਕੇ ਖੜੇ ਨੇ। ਹੁਣ ਕੁਝ ਦੇਸ਼ਾਂ ਦੇ ਵਿੱਚ ਚੀਨ ਦੇ ਵਿੱਚ ਵੀ ਉਹ ਕਹਿੰਦੇ ਆ ਕਿ ਪ੍ਰਦੂਸ਼ਣ ਰੋਕਣ ਵਾਸਤੇ ਮੀਂਹ ਪਾਇਆ ਗਿਆ। ਜੁਦਾ ਘੱਟਾ ਮਿੱਟੀ ਸੀ ਹਵਾ ਚ ਸਾਰਾ ਭੈਗ ਉਹਦੇ ਵਹਿ ਜਾਣ ਤੋਂ ਬਾਅਦ ਪ੍ਰਦੂਸ਼ਣ ਸਾਫ ਹੋ ਗਿਆ ਕੁਝ ਹੋਰ ਦੇਖਣ ਚ ਨਹੀਂ ਪਿਆ ਬਹੁਤ ਸਾਲ ਪਹਿਲਾਂ 20 25 30 ਸਾਲ ਪਹਿਲਾਂ ਤੀਆਂ ਤੋਂ 1 ਸਾਲ ਪਹਿਲਾਂ ਇੱਕ ਰੋੜਾ ਪਿਆ ਸੀ ਉਹਦੇ ਕਾਮਰੇਡਾਂ ਸਰਕਾਰੋਂ ਦੀ ਸੀ ਉੱਥੇ ਕਹਿੰਦੇ ਸੀ ਉੱਥੇ ਐਨੂਅਲ ਡੇਪਰੇਡ ਹੋਣੀ ਆ ਬੱਦਲ ਆ ਗਏ ਬੱਦਲ ਚ ਜਹਾਜ਼ ਜਾਂ ਉੱਡਨੇ ਸਕੇ ਜਾਂ ਉੱਡਦੇ ਥੱਲੇ ਪਬਲਿਕ ਨੂੰ ਨਹੀਂ ਹੁੰਦੇ ਸਨੇ ਇਸ ਕਰਕੇ ਉਹਨਾਂ ਨੇ ਨਕਲੀ ਪ੍ਰਬੰਧ ਇਹੋ ਜਿਹਾ ਕੀਤਾ ਕਿ ਬੱਦਲ ਉੱਡ ਜਾਣ ਤੇ ਇਸ ਗੱਲ ਦਾ ਦੁਨੀਆ ਚ ਮਜ਼ਾਕ ਉੱਡਦਾ ਸੀ ਹਾਂ ਇਦਾਂ ਕੌਣ ਕਰ ਸਕਦਾ ਅਵੇ ਪਜੂਲ ਗੱਲਾਂ ਕਰਦੇ ਕਿਤਿਆਂ ਕਿ ਨਹੀਂ ਕੀਤੀਆਂ ਬੋਚ ਨਹੀਂ ਆ ਹੁਣ ਚੀਨ ਵਾਲਿਆਂ ਦਾ ਉਹ ਕਹਿੰਦੇ ਪ੍ਰਦੂਸ਼ਣ ਰੋਕਣ ਵਾਸਤੇ ਉਹਨਾਂ ਨੇ ਕੰਟਰੋਲ ਕਰਨ ਵਾਸਤੇ ਨਕਲੀ ਮੀਂਹ ਪਵਾਤਾ ਜੀ ਸਾਡੇ ਵਾਲੇ ਕਹਿੰਦੇ ਹੁਣ ਜਿਹਨਾਂ ਨਹੀਂ ਮਰਨਾ ਉਹਨਾਂ ਨੇ ਮਰਨਾ ਹੀ ਨਹੀਂ ਅਜੇ ਤੱਕ ਦੁਨੀਆ 'ਚ ਇਹੋ ਜਿਹੇ ਸਿਆਣੇ-ਸਿਆਣੇ ਲੋਕ ਆ ਸਾਡੇ ਨਾਲੋਂ ਬਹੁਤ ਸਿਆਣੇ ਆ ਜਿਹੜੇ ਕਹੀ ਜਾਂਦੇ ਆ ਕਿ 1968-69 'ਚ ਅਮਰੀਕਾ ਵਾਲੇ ਝੂਠ ਬੋਲਦੇ ਆ ਕਿ ਉਹਨਾਂ ਦਾ ਇੱਕ ਮੁੰਡਾ ਨੀਲ ਆਰਮਸਟ੍ਰॉन्ग ਜਾ ਕੇ ਚੰਦਰਮਾ ਤੇ ਉਤਰਿਆ ਸੀ ਕਹਿੰਦੇ ਚੰਦਰਮਾ ਤੇ ਕੌਣ ਉਤਰ ਸਕਦਾ ਉਹ ਪਾਕਿਸਤਾਨ 'ਚ ਕੁਝ ਬੈਠੇ ਆ ਉਹ ਕਹਿੰਦੇ ਚੰਦਰਮਾ ਤੇ ਕੋਈ ਉਤਰ ਸਕਦਾ ਸਾਡੇ ਭਾਰਤ ਵਿੱਚ ਕੁਝ ਲੋਕ ਉਹ ਕਹਿੰਦੇ ਚੰਦਰਮਾ ਤੇ ਦੇਵਤਾ ਉੱਤੇ ਕੋਈ ਉਤਰ ਸਕਦਾ ਪਰ ਜਦੋਂ ਭਾਰਤ ਦਾ ਚੰਦਰਯਾਨ ਪਿੱਛੇ ਜਾ ਕੇ ਉਤਰਿਆ ਫਿਰ ਉਹ ਕਹਿੰਦੀ ਹੈ ਮੋਦੀ ਹੈ ਤਾਂ ਮੌਮਕਨ ਹੈ ਜੀ ਯਾਨੀ ਉਦਾਂ ਚੰਦਰਮਾ ਦੇਵਤਾ ਉੱਤੇ ਕੋਈ ਉਤਰ ਨਹੀਂ ਸਕਦਾ ਪਰ ਮੋਦੀ ਦੇ ਹੁੰਦਿਆ ਉਤਰ ਸਕਦਾ ਕਿਉਂਕਿ ਮੋਦੀ ਹੈ ਇਹ ਇਹ ਗੱਦਾਂ ਜਿਹੜੇ ਖੁੰਦੀਆਂ ਪਈਆਂ ਫਜ਼ੂਲ ਨੇ ਇਸ ਕਰਕੇ ਇਹਨਾਂ 'ਚ ਨਹੀਂ ਪੈਣਾ ਚਾਹੀਦਾ ਦਿੱਲੀ ਦੇ ਵਿੱਚ ਜਿਹੜਾ ਪ੍ਰਦੂਸ਼ਣ ਹੈ ਉਹਨੂੰ ਕੰਟਰੋਲ ਕਰਨ ਵਾਸਤੇ ਜੋ ਕੁਝ ਹੋ ਸਕੇ ਉਹ ਯਤਨ ਕਰਨੇ ਚਾਹੀਦੇ ਹੈ ਕੋਈ ਧਿਰ ਕਰੋ ਕੋਈ ਯਤਨ ਕਾਮਯਾਬ ਤੇ ਹੋਣ ਦਿਓ ਜਦੋਂ ਪਤਾ ਕਿ 300 ਤੋਂ ਵੀ ਉੱਪਰ ਟੱਪ ਜਾਵੇ 에ਅ ਕੁਆਰਟਾਈਨਡੈਕਸ ਤੇ ਲੋਕਾਂ ਦਾ ਜਿਣਾ ਔਖਾ ਹੋ ਜਾਂਦਾ ਖਤਰੇ ਦੀ ਹੱਦ ਤੇ ਤੁਸੀਂ ਦੱਸ ਦੀ 800 ਤੱਕ ਵੀ ਪਹੁੰਚ ਗਿਆ ਕੁਝ ਇਲਾਕਿਆਂ ਚ ਉਹ ਲੋਕ ਜਿਉਂਦੇ ਕਿੱਦਾਂ ਰਣਗੇ ਜਿਉਂਦੇ ਵੀ ਹੈ ਤੇ ਕਿੰਨੇ ਦਿਨ ਜਿਉਂਦੇ ਰਹਿਣਗੇ ਉਸ ਤੋਂ ਬਚਾਉਣ ਦਾ ਇੱਕੋ ਤਰੀਕਾ ਕਿ ਉਹਨੂੰ ਪ੍ਰਦੂਸ਼ਣ ਨੂੰ ਘਟਾਇਆ ਜਾਵੇ ਕੰਟਰੋਲ ਕੀਤਾ ਜਾਵੇ ਤੇ ਜੇ ਆਪੋ ਵਿੱਚ ਇਹਨਾਂ ਲੜਦੇ ਰਹਿਣਾ ਸਿੰਘਪਸਾ ਕੇ ਬੈਠੇ ਰਹਿਣਾ ਤੇ ਰੁਕਦਾ ਨਹੀਂ ਸਕਦਾ ਰੁਕਣਾ ਨਹੀਂ ਇਸ ਕਰਕੇ ਸਾਰਿਆਂ ਨੂੰ ਇੱਕ ਸਿਰੋ ਕੇ ਕੰਮ ਕਰਨਾ ਚਾਹੀਦਾ ਜੀ ਮਨੋਸਾਬ ਪੰਜਾਬ ਦੇ ਵਿੱਚ ਵੀ ਐਕਸੀਡੈਂਟ ਬਹੁਤ ਜ਼ਿਆਦਾ ਵੱਧ ਗਏ ਨੇ ਤੁਸੀਂ ਇਸ ਵਿੱਚ ਕੀ ਕਾਰਨ ਮੰਨਦੇ ਹੋ ਪੰਜਾਬ ਦੇ ਵਿੱਚ ਇੱਕ ਤਾਂ ਇਹਨਾਂ ਦਿਨਾਂ ਜਾ ਕੇ ਐਕਸੀਡੈਂਟ ਬੈਸੀ ਵੱਧਦੇ ਹੁੰਦੇ ਆ ਕਿਉਂਕਿ ਅਜੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਧੁੰਦ ਪੈਣੀ ਸ਼ੁਰੂ ਹੋਈ ਆ ਭੁਜਾਈ ਜਾਂਦੇ ਅਚਾਨਕ ਕਿਸੇ ਥਾਂ ਤੇ ਜਾ ਕੇ ਵੇਖਦੇ ਆ ਕਿ ਥੋੜਾ ਜਿਹਾ ਧੁੰਦ ਦੀ ਇੱਕ ਲਹਿਰ ਜੀ ਆਉਂਦੀ ਆ ਕੁਝ ਥੋੜਾ ਜਿਹਾ ਰਾਕੇ ਚ ਉਹ ਜਦੋਂ ਇੱਕਦਮ ਇਧਰ ਹੋਈ ਜਾਂਦੇ ਦੂਸਰੇ ਪਾਸੇ ਉਹ ਆਉਂਦੇ ਦੋਵਾਂ ਦੇ ਆਉਣ ਨਾਲ ਅਚਾਨਕ ਉਸ ਧੁੰਦ ਵਾਲੀ ਥਾਂ ਦੇ ਉੱਤੇ ਇੱਕ ਦੂਜੀ ਆਵਾਜ਼ ਤੇ ਦੂਸਰਾ ਕੁਝ ਸਾਡੇ ਲੋਕ ਇੰਨੇ ਇਨਡਿਸਿਪਲਿਨਡ ਆ ਉਹ ਕਹਿੰਦੇ ਜਿਹੜੀ ਵੀ ਗੱਲ ਸਾਨੂੰ ਆਖੀ ਗਈ ਅਸੀਂ ਤਾਂ ਮੰਨਣੀ ਨਹੀਂ ਹਰ ਗੱਲ ਦਾ ਵਿਰੋਧ ਕਰਨਾ ਕਿਉਂਕਿ ਸਰਕਾਰ ਨੇ ਕੀਤੀ ਆਪਾਂ ਨਹੀਂ ਮੰਨਣੀ ਸਾਨੂੰ ਬਹੁਤ ਸਾਰੇ ਇਹੋ ਜਿਹੇ ਸਿਆਣੇ ਮਿਲਦੇ ਆ ਮੈਂ ਉਹਨਾਂ ਨੂੰ ਬੇਕੁਫਰੀ ਕਹਿੰਦਾ ਬੇਕੁਫਤੀ ਅਸੀਂ ਆ ਉਹ ਬਹੁਤ ਸਿਆਣੇ ਆ ਜਿਹੜੇ ਕਹਿੰਦੇ ਆਪਾਂ ਜੁਰਤ ਵਾਲੇ ਲੋਕ ਆਪਾਂ ਨੇ ਕਦੇ ਲਾਲ ਬੱਤੀ 36 ਵੇਖੀ ਆਪਾਂ ਤਾਂ ਲੰਗਾ ਜਾਨੇ ਆ ਚੰਡੀਗੜ੍ਹ ਚ ਲੰਗਾ ਕੇ ਵਿਖਾਓ ਜੀ ਕੈਮਰਾ ਉੱਥੇ ਟਿਕਟ ਕੱਟ ਕੇ ਘਰ ਭੇਜ ਦਿੰਦਾ ਵੀ ਇੰਨੇ ਪੈਸੇ ਜੁਰਮਾਨਾ ਜਮ੍ਹਾਂ ਕਰਾ ਇੱਥੇ ਕਿਉਂ ਨਹੀਂ ਇਹੋ ਜਿਹੀ ਜੁਰਤੋਂ ਖਾਉਂਦੇ ਉਹ ਵਿਖਾਉਂਦੇ ਉੱਥੇ ਆ ਜਿੱਥੇ ਜੁਰਤ ਨੂੰ ਟੋਕਣ ਵਾਲਾ ਕੋਈ ਨਹੀਂ ਹੈਗਾ ਇਹਦਾ ਵੀ ਨੁਕਸਾਨ ਹੁੰਦਾ ਪਿਆ ਹੁਣ ਏਦਾਂ ਦੀਆਂ ਗੱਲਾਂ ਆ ਕਹੀ ਨੇ ਆ ਤਿੰਨ ਚਾਰ ਦਿਨ ਪਹਿਲਾਂ ਧਰਮਕੋਟ ਲੱਗ ਗਿਆ ਇੱਕ ਬੱਚੇ ਨੂੰ ਅਗਵਾ ਕਰਕੇ ਕੁਝ ਲੋਕ ਜਾਂਦੇ ਸੀ ਗੱਡੀ ਫੋਰ ਸਪੀਡ ਤੇ ਭਜਾਈ ਉਹਦੇ ਪਿੱਛੇ ਇੱਕ ਗੱਡੀ ਹੋਰ ਆ ਰਹੀ ਸੀ ਉਹਨਾਂ ਨੂੰ ਫੜਨ ਵਾਲੀ ਗੁਬਾਸੋਂ ਦੀ ਹੋ ਗੱਡੀ ਸਿੱਧੇ ਜਾ ਬਜੇ ਪੰਜ ਜਣੇ ਮਰ ਗਏ ਜੋ ਪੰਜ ਜਣੇ ਮਰ ਗਏ ਆ ਔਰ ਗਏ ਵੀ ਆਪਣੀ ਸਾਈਡ ਤੇ ਨਹੀਂ ਡਿਵਾਈਡਰ ਵਾਲੀ ਸੜਕ ਹੋਵੇ ਤੇ ਦੂਜੀ ਸਾਈਡ ਦੇ ਉੱਤੇ ਜਾ ਕੇ ਕੋ ਚਲਾਉਂਦਾ ਹੋਵੇ ਜਾਂ ਮਰੂਗਾ ਜਾਂ ਕਿਸੇ ਨੂੰ ਮਾਰੂਗਾ ਅਸੀਂ ਕਈ ਵਾਰੀ ਇਸ ਤਰ੍ਹਾਂ ਦੇਖਿਆ ਹੁਣੇ ਸੜਕਾਂ ਤੇ ਰੋਜ਼ ਜਾਂਦੇ ਤੁਸੀਂ ਵੀ ਜਾਣਦੇ ਹੋ ਬਹੁਤ ਸਾਰੇ ਥਾਵਾਂ ਤੇ ਲੋਕੀ ਆਪਣੀ ਸਾਈਡ ਛੱਡ ਕੇ ਦੂਜੀ ਸਾਈਡ ਤੇ ਚਲਾਉਂਦੇ ਸਾਰੀ ਦੁਨੀਆ 'ਚ ਇਹ ਸੂਲ ਹੈ ਕਿ ਹੈਵੀ ਗੱਡੀਆਂ ਟਰੱਕ ਟਰਾਲੇ ਵਗੈਰਾ ਸਭ ਤੋਂ ਹੇਟ ਲੀਕ ਘੱਟ ਸਪੀਡ ਵਾਲੀ ਲਾਈਨ ਤੇ ਚੱਲਣ ਘੱਟ ਸਪੀਡ ਵਾਲੀ ਕਾਰ ਵੀ ਕੋ ਹੋਵੇ ਤੇ ਹੇਟ ਲੀ ਸਪੀਡ ਲਾਈਨ 'ਚ ਚੱਲੇ ਸਾਡੇ ਕੋਲੇ ਆ ਕਿ ਜਿਹੜੀਆਂ ਹੈਵੀ ਗੱਡੀਆਂ ਤੇ ਘੱਟ ਸਪੀਡ ਵਾਲੀਆਂ ਗੱਡੀਆਂ ਉਹ ਵਿਚਕਾਰ ਦੀ ਰੇਨ ਤੇ ਚੱਲਦੀਆਂ ਤੇ ਜਿਹੜੇ ਤੇਜ਼ ਰਫ਼ਤਾਰ ਵਾਲੇ ਉਹਨਾਂ ਦੇ ਥੱਲੀਆਂ ਦੀ ਕੱਟਦੇ ਆ ਬੜਾਵੇਂ ਪਾ ਕੇ ਜਦੋਂ ਅਸੀਂ ਕੋਈ ਨਿਯਮ ਕਾਨੂੰਨ ਮਰਨਾ ਹੀ ਨਹੀਂ ਪਿਓ ਦਾ ਰਾਜ ਸਮਝਾ ਮੈਂ ਪਾਕਿਸਤਾਨ ਦੀ ਇੱਕਦਣ ਇੱਕ ਵੀਡੀਓ ਕਲਿੱਪ ਵੇਖਦਾ ਪਿਆ ਸੀ ਦੋ ਜਣੇ ਖਲੋਤੇ ਆ ਉਹਨਾਂ ਦੇ ਕੋਲ ਇੱਕ ਜਣਾ ਆਉਂਦਾ ਉਹ ਦੋਵੇਂ ਸੜਕ ਦੇ ਵਿਚਾਲੇ ਖੜੇ ਆ ਉਹ ਲੱਗੇ ਜਾ ਕੇ ਕਹਿੰਦੇ ਕਿ ਆ ਬੜਾ ਚੰਗਾ ਕੀਤਾ ਤੁਹਾਡੇ ਬਾਪੂ ਨੇ ਤੁਹਾਡੇ ਵਾਲਿਦ ਸਾਹਿਬ ਨੇ ਸੜਕ ਬਣਵਾ ਦਿੱਤੀ ਨਹੀਂ ਤੇ ਲੋਕ ਬੜੇ ਓਖੇ ਹੁੰਦੇ ਸੀ ਤੂੰ ਮੁੰਡਾ ਕਹਿੰਦਾ ਤੈਨੂੰ ਕਿਹਨੇ ਕਿਹਾ ਮੇਰੇ ਬਾਪ ਵਾਲਦ ਨੇ ਬਣਾਏ ਮੇਰੇ ਬਾਦਲ ਨੇ ਵਾਲਦ ਨੇ ਮੇਰੇ ਬਾਪ ਨੇ ਤੇ ਬਣਾਈ ਨਹੀਂ ਤੇ ਉਹਦੇ ਵੱਟ ਕੇ ਥੱਪੜ ਮਾਰ ਕੇ ਕਹਿੰਦਾ ਸੜਕ ਦੇ ਵਿਚਾਲੇ ਤੇ ਇਦਾਂ ਹੀ ਖੜਾ ਜਿਵੇਂ ਤੇਰੇ ਪਿਓ ਦੀ ਸੜਕ ਹੁੰਦੀ ਹੈ ਸਾਡੇ ਬਹੁਤ ਸਾਰੇ ਲੋਕ ਜਿਹੜੇ ਸੜਕ ਦੇ ਵਿਚਾਲੇ ਗੱਡੀ ਖੜੀ ਕਰਕੇ ਇਦਾਂ ਤੁਰਜਾਂ ਦੇ ਜਿਵੇਂ ਪਿਓ ਦੀ ਸੜਕ ਹੁੰਦੀ ਹੈ ਇਹ ਸਾਰਾ ਕੋਈ ਰੋਕਣਾ ਚਾਹੀਦਾ ਜਿਹੜਾ ਇਹ ਨਾ ਵੀ ਭੱਜ ਜਾ ਭਜਾਈ ਜਾ ਸੰਗਾਂ ਨੂੰ ਹੱਥ ਪਾਈ ਜਾ ਹਰ ਕੋਈ ਜਿਹੜਾ ਛੋਟੋ ਛੁਟ ਚੱਲਦਾ ਸਿਕਿਉਰਿਟੀ ਸਾਡੀ ਲਾਈਫ ਦੀ ਇਸ ਗੱਲ ਤੇ ਸੇਫਟੀ ਸਾਡੀ ਇਸ ਗੱਲ ਤੇ ਕਿ ਅਸੀਂ ਨਿਯਮ ਕਾਨੂੰਨ ਮੰਨੀਏ ਸਪੀਡ ਜਿੰਨੀ ਸਰਕਾਰ ਨੇ ਆਖੀ ਓਨੀ ਰੱਖੀਏ ਆਪਣੇ ਹੱਥ ਚੱਲੀਏ ਜਿੱਥੇ ਲਾਲ ਬੱਤੀ ਆ ਕੋ ਸਿਗਨਲ ਆ ਉੱਤੇ ਰੁਕੀਏ ਵੀ ਸਾਡੇ ਲੋਕ ਤਾਂ ਉਧਰ ਗੱਡੀ ਆਉਂਦੀ ਦਿਸਦੀ ਹੁੰਦੀ ਉਧਰ ਫਾਟਕ ਡਿੱਗਦਾ ਪਿਆ ਹੁੰਦਾ ਵਿਚਾਰੇ ਜਾ ਗੱਡੀ ਫਸਾ ਦਿੰਦੇ ਆ ਤੇ ਫੇਰ ਪਤਾ ਕੀ ਕਹਿੰਦੇ ਫਾਟਕ ਕੋਲ ਨੇ ਛੇਤੀ ਦੱਬਤਾ ਜਦੋਂ ਗੱਡੀ ਆਉਂਦੀ ਆ ਬੇਵਕੂਫਾ ਤੈਨੂੰ ਵੀ ਦਿਸਦੀ ਆ ਫਾਟਕ ਕੋਲ ਦਾ ਕੀ ਕਸੂਰ ਆ ਪਹਿਲੇ ਵੀ ਤੇਰੇ ਵਰਗੇ ਬੇਵਕੂਫ ਸੀ ਜਿਨ੍ਹਾਂ ਨੂੰ ਫਾਟਕ ਨਹੀਂ ਬੰਦ ਕਰ ਦਿੱਤਾ ਸਾਡੀਆਂ ਆਪਣੀਆਂ ਗਲਤੀਆਂ ਦਾ ਕਰਕੇ ਅਸੀਂ ਬਹੁਤ ਸਾਰੇ ਥਾਂ ਤੇ ਕਰਦੇ ਆ ਬਾਅਦ ਚ ਕਹਿੰਦੇ ਪਾਣਾ ਵਾਪਰ ਕੇ ਹਰ ਕੋਈ ਨੂੰ ਹੋਣੀ ਆਖੀ ਜਾਂਦਾ ਜੇ ਥੋੜੀ ਜੀ ਅਕਲ ਕੀਤੀ ਹੁੰਦੀ ਤੇ ਜਿਹਨੂੰ ਤੁਸੀਂ ਹੋਣੀ ਕਹਿੰਦੇ ਆ ਇਹ ਹੋਣੀ ਨਹੀਂ ਸੀ ਇਹ ਰੁਕ ਜਾਣੀ ਸੀ ਹੁਣ ਤੋਂ ਪਰ ਸਾਡੀਆਂ ਗਲਤੀਆਂ ਨਾਲੇ ਕੁਝ ਹੋ ਰਿਹਾ ਇਹਨੂੰ ਰੋਕਣਾ ਚਾਹੀਦਾ ਜੀ ਤੁਹਾਨੂੰ ਸਭ ਤੁਸੀਂ ਪਾਕਿਸਤਾਨ ਦਾ ਜ਼ਿਕਰ ਕੀਤਾ ਥਾ ਅਗਲੀ ਖਬਰ ਗਵਾਂਡੀ ਮੁਲਕ ਪਾਕਿਸਤਾਨ ਦੀ ਲੈ ਲੈਣੇ ਆ ਪਾਕਿਸਤਾਨ ਦੇ ਇੱਕ ਸਟੇਟਮੈਂਟ ਜਾਰੀ ਕੀਤੀ ਉਹਨਾਂ ਨੇ ਕਿਹਾ ਕਿ ਅਮਰੀਕਾ ਦੇ ਵੱਲੋਂ ਜਿਹੜੇ ਅਫਗਾਨਿਸਤਾਨ ਦੇ ਵਿੱਚ ਹਥਿਆਰ ਛੱਡੇ ਗਏ ਸਨ ਉਹ ਹੁਣ ਪਾਕਿਸਤਾਨ ਦੇ ਖਿਲਾਫ ਵਰਤੇ ਜਾ ਰਹੇ ਨੇ ਪਰ ਤੁਹਾਨੂੰ ਸਭ ਤੁਸੀਂ ਇਹ ਸਟੇਟਮੈਂਟ ਨੂੰ ਕਿਵੇਂ ਦੇਖਦੇ ਹੋ ਇਹ ਗੱਲ ਸੱਚੀ ਹੈ ਜਿਹੜੇ ਅਮਰੀਕਾ ਵਾਲੇ ਜੋ ਚਲੇ ਗਏ ਤੇ ਜਾਨ ਲੱਗੀਆਂ ਜਿਹੜੇ ਹਥਿਆਰ ਇੱਥੇ ਛੱਡ ਗਏ ਸੀ afghanistan ਚ ਹੌਲੀ ਹੌਲੀ ਉਹਨਾਂ ਤਾਲਿਬਾਨ ਦੇ ਹੱਥ ਆ ਗਏ ਜਿਹੜੇ ਤਾਲਿਬਾਨ ਨੇ ਪਾਕਿਸਤਾਨ ਨੇ ਪੈਦਾ ਕੀਤੇ ਸੀ ਕੀਤੇ ਸੀ ਇਸ ਕਰਕੇ ਜਾਂ afghanistan ਚ ਅਮਰੀਕਾ ਨੂੰ ਗੋਲੀਆਂ ਮਾਰਨਗੇ ਜਾਂ ਜੰਮੂ ਕਸ਼ਮੀਰ ਜਾ ਕੇ ਭਾਰਤ ਦੇ ਖਿਲਾਫ ਲੜਨਗੇ ਉਹਨਾਂ ਨੂੰ ਮਾਰਨਗੇ ਆਪ ਮਾਰਨਗੇ ਹੁਣ ਇਹਨਾਂ ਨੂੰ ਸਿੱਧੇ ਹੋ ਕੇ ਹਥਿਆਰ ਸਾਰੇ ਇੱਥੇ ਆ ਰਹੇ ਪਾਕਿਸਤਾਨ ਦੇ ਕੁਝ ਇਲਾਕੇ ਇਹੋ ਜਿਹੇ ਅਜੇ ਇੱਥੇ ਸਰਕਾਰ ਦਾ ਕਾਨੂੰਨ ਨਹੀਂ ਚੱਲਦਾ ਉੱਥੇ ਦੇ ਪੋਰਸਪੋਰਸ ਨੇੜੇ ਕੋਈ ਨਹੀਂ ਜਾਂਦੀ ਉਹਨਾਂ ਇਲਾਕਿਆਂ 'ਚ ਖੁੱਲੇ ਤੌਰ ਦੇ ਤੇ ਕਾਊਂਟਰ ਲੱਗ ਗਿਆ ਜੋ ਮਰਜ਼ੀ ਇਤਿਆਰ ਲੈ ਆਓ ਜਿਹੜੀਆਂ ਕਲਾਸ਼ਨੀਕੋਵ ਜਿਹੜੀਆਂ AK47 ਗਰੁੱਪ ਦੀਆਂ ਰੈਫਰਾਂ ਨੇ AK47 AK74 ਵਗੈਰਾ ਵਗਰਾ ਵਗਰਾ ਜੀ ਉਹ ਸਾਰੀਆਂ ਉੱਥੇ ਵਿਦੇਸ਼ੀਆਂ ਆਈਆਂ ਵੀ ਵਿਕਦੀਆਂ ਤੇ ਉੱਥੇ ਆਪ ਵੀ ਹਣੋ ਬਣਾਉਣ ਲੱਗ ਪਏ ਹਰ ਕਿਸੇ ਨੂੰ ਇਤਿਆਰ ਵਿਕਦੇ ਮਜਾਇਲੀਆਂ ਉੱਥੇ ਵੀ ਕੀ ਜਾਂਦੀਆਂ ਨੇ ਜਿਹੜੀਆਂ ਮਜਾਇਲੀਆਂ ਉੱਥੇ ਆ ਕੇ ਵਿਕਦੀਆਂ ਨੇ ਪਾਕਿਸਤਾਨ ਤੋਂ ਅਫਗਾਨਿਸਤਾਨ ਤੋਂ ਉਹ ਕੱਲ ਨੂੰ ਪਾਕਿਸਤਾਨ ਦੇ ਅੰਦਰ ਵੀ ਚੱਲਦੇ ਜੰਮੂ ਕਸ਼ਮੀਰ ਤੱਕ ਵੀ ਆ ਸਕਦੀਆਂ ਨੇ ਇਹ ਸਾਰਾ ਕੋਈ ਰੋਕਣਾ ਚਾਹੀਦਾ ਪਰ ਪਾਕਿਸਤਾਨ ਵਾਲਿਆਂ ਨੂੰ ਇਸ ਗੱਲ ਤੇ ਚੇਤਾ ਨਹੀਂ ਰਿਹਾ ਕਿ ਜਿਹੜਾ ਕੋਈ ਆਪਣੇ ਘਰ ਦੇ ਪਿਛਵਾੜੇ ਦੇ ਵਿੱਚ ਇੱਕ ਥਾਂ ਤੇ ਥੋੜਾ ਜਿਹਾ ਚਰੁਖਾ ਜਿਹਾ ਬਣਾ ਕੇ ਸੱਪਾਂ ਨੂੰ ਪਾੜਦਾ ਅੱਜ ਨਹੀਂ ਕੱਲ ਸੇ ਕੱਲ ਨਹੀਂ ਪਰਸੋਂ ਪਰਸੋਂ ਨਹੀਂ ਚੌਥੀ ਉਹ ਸੱਪ ਲੋਕਾਂ ਵਾਸਤੇ ਨਹੀਂ ਕਿਸੇ ਨਾ ਕਿਸੇ ਦਿਨ ਉਹਨੂੰ ਜਾਂਦੇ ਪਰਿਵਾਰ ਦੇ ਕਿਸੇ ਜੀਨ ਨੂੰ ਵੀ ਉਹ ਸੱਪ ਡੰਗ ਮਾਰ ਸਕਦੇ ਸਾਡੇ ਕੋਲ ਹੁਣ ਤੱਕ ਜਿੰਨੇ ਅਤਵਦੀ ਇੱਥੇ ਆਏ ਉਹ ਆ ਕੇ ਤੇ ਇੱਥੇ ਲੋਕਾਂ ਨੂੰ ਡੰਗ ਮਾਰਦੇ ਰਿਹਾ ਕਦੇ ਭਰਦਾ ਕੋਈ ਅਤਵਾਦੀ ਵੀ ਉੱਥੇ ਜਾ ਕੇ ਫੜਿਆ ਗਿਆ ਇੱਕ ਸਰਬਜੀਤ ਸੀ ਜਿਹਨੂੰ ਉੱਥੇ ਫੜ ਕੇ ਫਾਂਸੀ ਲਾ ਦਿੱਤਾ ਗਿਆ ਉਹ ਅਖੀਰਲੇ ਵਕਤ ਤੱਕ ਕਹਿੰਦਾ ਰਿਹਾ ਕਿ ਮੈਂ ਭਰਦਾ ਦਾ ਜਸੂਸ ਨਹੀਂਗਾ ਮੈਂ ਕੋਈ ਅਤਵਾਦੀ ਨਹੀਂਗਾ ਮੈਂ ਕੁਛ ਨਹੀਂ ਔਰ ਸਾਰਿਆਂ ਨੂੰ ਪਤਾ ਕਿ ਉਹ ਕਿਸੇ ਹੋਰ ਕੰਮ ਲਈ ਉੱਥੇ ਗਿਆ ਸੀ ਉੱਥੇ ਫੜਿਆ ਗਿਆ ਉਹਦਾ ਗਲਤ ਨਾਮ ਵਰਤ ਕੇ ਤੇ ਉਹਨੂੰ ਮਤਲਬ ਜਿਹੜਾ ਸੀ ਉਹਨਾਂ ਨੇ ਅਤਵਾਦੀ ਬਣਾ ਕੇ ਤੇ ਫਾਂਸੀ ਤਾਂ ਨਹੀਂ ਲੱਗਾ ਫਾਂਸੀ ਲੱਗਣ ਤੋਂ ਪਹਿਲੇ ਬੰਦੇ ਨੇ ਕੁੱਟਕੁੱਟ ਕੇ ਮਾਰ ਤਾ ਜੀ ਹੁਣ ਇੱਕ ਸਾਡਾ ਹੋਰ ਉੱਥੇ ਫੜਿਆ ਗਿਆ ਸਾਬਕਾ ਫੌਜੀ ਸਮੁੰਦਰੀ ਫੌਜ ਦਾ ਕੁਲਪੂਚਨ ਜਾਦਵ ਉੱਥੇ ਕੇਸ ਬਣਾ ਰਿਹਾ ਇਹ ਦੋ ਕੇਸ ਨੇ ਤੇ ਦੋਵੇਂ ਗਲਤ ਆਈਡੈਂਟੀਟੀ ਤੇ ਦੋਵਾਂ ਦਾ ਮਾਮਲਾ ਗਲਤ ਆ ਸਾਰੀ ਦੁਨੀਆ ਮੰਨਦੀ ਹੈ ਗਲਤ ਬੜੇ ਕਦੇ ਕੋਈ ਸੜੇ ਫੜਿਆ ਗਿਆ ਉਹਨਾਂ ਦੇ ਸੈਂਕੜੇ ਸਾਡੀਆਂ ਜੇਲਾਂ ਚ ਨੇ ਇੱਥੇ ਫਾਂਸੀ ਵੀ ਲੱਗ ਚੁੱਕੇ ਨੇ ਅਜੇ ਵੀ ਉੱਥੋਂ ਲਗਾਤਾਰ ਆ ਰਹੇ ਨੇ ਜਿਹੜਾ ਪਾਕਿਸਤਾਨ ਸਾਰੀ ਦੁਨੀਆ ਬਾਕੀ ਦੁਨੀਆ ਚ ਟੂਰਿਜ਼ਮ ਦੀ ਇੰਡਸਟਰੀ ਹੁੰਦੀ ਹੈ ਪਾਕਿਸਤਾਨ ਨੇ ਟੈਰ ਜੇ ਟੂਰਿਜ਼ਮ ਦੀ ਇੰਡਸਟਰੀ ਦੇ ਬਜਾਏ ਟੈਰਰਿਜ਼ਮ ਦੀ ਇੰਡਸਟਰੀ ਦੁਨੀਆ ਪਰ ਚ ਟੈਰਰਿਸ ਸਪਲਾਈ ਕਰਨ ਦੀ ਇੰਡਸਟਰੀ ਬਣਾ ਲਈ ਹੈ ਤੇ ਉਹਦਾ ਖਮਿਆਜਾ ਅੱਜ ਨਹੀਂ ਕੱਲ ਸੇ ਕੱਲ ਨਹੀਂ ਪਰਸੋਂ ਸੇ ਕਿਸੇ ਨਾ ਕਿਸੇ ਵਕਤ ਪਹੁੰਚਣਾ ਪਿਆ ਸੀ ਹੁਣ ਪਾਕਿਸਤਾਨ ਆਪਣੇ ਹੱਥਾਂ ਦੀਆਂ ਦਿੱਤੀਆਂ ਗੰਢਾਂ ਦੰਦਾਂ ਨਾਲ ਖੋਲਦਾ ਪਿਆ ਗੱਲ ਸੱਚੀ ਹੈ ਅਫਗਾਨਿਸਤਾਨ ਤੋਂ ਹਥਿਆਰ ਆ ਰਹੇ ਅਮਰੀਕਿਆਂ ਦੇ ਛੱਡੇ ਆ ਰਹੇ ਪਰ ਕਸੂਰ ਵਾਰ ਪਾਕਿਸਤਾਨ ਦੇ ਆਕਮ ਖੋਲਦਾ ਜੀ ਮਨਸਾਬ ਤੁਸੀਂ ਅੱਜ ਖਬਰਾਂ ਤੇ ਚਰਚਾ ਕੀਤੀ ਆਪਣਾ ਸਮਾਂ ਦਿੱਤਾ ਤੁਹਾਡੇ ਬਹੁਤ ਬਹੁਤ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਪ੍ਰੋਗਰਾਮ ਨੂੰ ਸਮਿਟਣ ਦਾ ਵੇਲਾ ਹੋ ਗਿਆ ਜੀ ਕੱਲ ਫਿਰ ਇਸੇ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਰੂਬਰੂ ਹੋਵਾਂਗੇ ਉਦੋਂ ਤੱਕ ਤੁਸੀਂ ਦੇਖਦੇ ਰਹੋ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ